ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਕਣਕ ਦੀ ਫਸਲ ਦੇ ਵਿੱਚ ਆਪਾਂ ਕਟਾਈ ਤੋਂ ਪਹਿਲਾਂ ਦੋ ਤਿੰਨ ਨੁਕਤੇਆਂ ਦਾ ਖਿਆਲ ਰੱਖਣਾ ਉਹਦੇ ਬਾਰੇ ਮੈਂ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰੂੰਗਾ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦਬਾਓ ਜੇ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਕਿਸਾਨ ਵੀਰੋ ਕਣਕ ਜਿਹੜੀ ਹੈਗੀ ਆ ਪਕਾਵ ਵਾਲ ਨੂੰ ਵੱਧ ਰਹੀ ਹੈ ਲਾਸਟ ਪਾਣੀ ਤਕਰੀਬਨ ਕਿਸਾਨ ਵੀਰ ਲਾ ਚੁੱਕੇ ਆ ਕਿਉਂਕਿ 20 22 24 ਮਾਰਚ ਦੇ ਨੇੜੇ ਤੇੜ ਜਿਹੜਾ ਜ਼ਰੂਰਤ ਅਨੁਸਾਰ ਪਾਣੀ ਬਾਰੇ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਜਿਹੜੀ 10 ਮਾਰਚ ਤੋਂ ਬਾਅਦ ਗਣਕ ਲੱਗੀ ਆ ਉਹਨੂੰ ਪਾਣੀ ਅਜੇ ਆਪਾਂ ਲਾ ਸਕਦੇ ਆ ਕੋਈ ਸਮੱਸਿਆ ਨਹੀਂ ਹੈ ਪਰ ਜ਼ਮੀਨ ਦੇ ਹਿਸਾਬ ਨਾਲ ਜਿਹੜਾ ਹੈਗਾ ਪਾਣੀ ਆਪਾਂ ਲਾਉਣਾ ਹੈ ਜਦੋਂ ਕਣਕ ਜਿਹੜੀ ਹੈਗੀ ਦਾਣਾ ਸਖਤ ਹੋ ਗਿਆ ਜਦੋਂ ਰੰਗ ਬਦਲਣ ਲੱਗ ਪਏ ਉਸ ਤੋਂ ਬਾਅਦ ਦਾਣਾ ਸਖਤ ਹੋਣ ਤੋਂ ਬਾਅਦ ਜਾਂ ਰੰਗ ਬਟਾਉਣ ਲੱਗ ਪਏ ਉਸ ਤੋਂ ਉਸ ਟਾਈਮ ਤੇ ਜਾਂ ਉਸ ਤੋਂ ਬਾਅਦ ਬਿਲਕੁਲ ਵੀ ਆਪਾਂ ਨੂੰ ਪਾਣੀ ਲਾਉਣ ਦੀ ਗਲਤੀ ਨਹੀਂ ਕਰਨੀ ਚਾਹੀਦੀ ਕਿਉਂਕਿ ਉਸ ਟਾਈਮ ਫੇਰਾਪਰਾ ਨੁਕਸਾਨ ਹੋ ਸਕਦਾ ਜਦੋਂ ਤੱਕ ਦੁੱਧੇ ਦੀ ਹਾਲਤ ਦੇ ਵਿੱਚ ਦਾਣਾ ਉਤੋਂ ਕਈ ਵਾਰ ਸਖਤ ਹੋ ਜਾਂਦਾ ਪਰ ਵਿੱਚ ਉਹਦੇ ਨਰਮ ਜਿਹੜਾ ਦੁੱਧਾ ਹੁੰਦਾ ਤਰਲ ਪਦਾਰਥ ਜਿਵੇਂ ਪਿਛਲੀ ਵੀਡੀਓ ਵਿੱਚ ਜ਼ਿਕਰ ਕੀਤਾ ਸੀਗਾ ਤਾਂ ਫਿਰ ਆਪਾਂ ਨੂੰ ਪਾਣੀ ਜਿਹੜਾ ਹੈਗਾ ਲਾਸਟ ਉਸ ਸਟੇਜ ਤੇ ਉੱਤੇ ਲਾ ਦੇਣਾ ਤਾਂ ਫਿਰ ਆਪਣਾ ਨੁਕਸਾਨ ਨਹੀਂ ਹੁੰਦਾ ਕਿਉਂਕਿ ਜਦੋਂ ਕਣਕ ਰੰਗ ਬਟਾਉਣ ਲੱਗ ਪਏ ਜਾਂ ਦਾਣਾ ਸਖਤ ਹੋ ਜਾਂਦਾ ਉਸ ਟਾਈਮ ਤੋਂ ਉਦੋਂ ਬਾਅਦ ਫਿਰ ਜਿਹੜਾ ਕਣਕ ਦੀਆਂ ਜਿਹੜੀਆਂ ਹੈਗੀਆਂ ਉਹ ਡੀਜਨੇਰੇਟ ਹੋਣ ਲੱਗ ਪੈਂਦੀਆਂ ਕਣਕ ਜਿਹੜੀਆਂ ਜਿਹੜੀਆਂ ਮਰਨ ਲੱਗ ਪੈਂਦੀਆਂ ਤੇ ਹੌਲੀ-ਹੌਲੀ ਬੂਟਾ ਜਿਹੜਾ ਹੈਗਾ ਸੁੱਕਣ ਲੱਗ ਪੈਂਦਾ ਜੇ ਉਸ ਸਟੇਜ ਤੇ ਆਪਾਂ ਪਾਣੀ ਲਾਉਨੇ ਆ ਤਾਂ ਫਿਰ ਜਿਹੜਾ ਹੈਗਾ ਫਸਲ ਦਾ ਨੁਕਸਾਨ ਹੋ ਸਕਦਾ ਕਮਾਲ ਦੀ ਗੱਲ ਇਹ ਹੋਈ ਕਿ ਪਿਛਲੇ ਜਿਹੜੇ ਹੈਗੇ ਆ 15-20 ਦਿਨ ਤੋਂ ਜਿਹੜਾ ਹੈਗਾ 10 ਦਿਨ ਤੋਂ ਟੈਂਪਰੇਚਰ ਅੱਪ ਜਾਣਾ ਸ਼ੁਰੂ ਹੋ ਗਿਆ ਸੀ ਪਰ ਪਿਛਲੇ 4-5 ਦਿਨਾਂ 'ਚ ਇਹ ਦੇ 34 35 ਦੇ ਨੇੜੇ ਟਿੜ ਰਿਹਾ 33 34 35 ਤਾਂ ਇਹ ਜਿਹੜਾ ਹੈਗਾ ਜਿਹੜੇ 2 4 5 ਦਿਨ ਜਿਹੜਾ ਤਾਪਮਾਨ ਸਥਿਰ ਆ ਗਿਆ ਘਟ ਗਿਆ ਥੋੜਾ ਜਾਂ ਤਾਂ ਇਹ ਜਿਹੜਾ ਕਣਕ ਦੇ ਝਾੜ ਵਾਸਤੇ ਵਧੀਆ ਕਾਰਗਰ ਸਾਬਤ ਹੋਊਗਾ ਚੰਗੇ ਝਾੜ ਵਾਸਤੇ ਇਹ ਜਿਹੜੀ ਉਮੀਦ ਹੈਗੀ ਆ ਤਾਂ ਜਿਹੜਾ ਜ਼ਰੂਰੀ ਨੁਕਤਾ ਸਭ ਤੋਂ ਪਹਿਲਾਂ ਤਾਂ ਆਪਾਂ ਕਿਸਾਨ ਵੀਰੋ ਇਹ ਖਿਆਲ ਕਰਨਾ ਜਿਹੜੀ ਤੁਹਾਡੀ ਵਧੀਆ ਪਲਾਟ ਆ ਤੁਹਾਡਾ ਵਧੀਆ ਤੁਸੀਂ ਕਿਸ ਮਲਾਈ ਹੈ ਤੁਸੀਂ ਫਸਲ ਦੇਖ ਕੇ ਜੀ ਤੁਹਾਨੂੰ ਅੰਦਾਜ਼ਾ ਲਾ ਸਕਦੇ ਬਹੁਤ ਵਧੀਆ ਝੜੂਗੀ ਕਿਉਂਕਿ ਕਣਕਾਂ ਤਕਰੀਬਨ ਚੰਗੀ ਹਾਲਾਤ ਚ ਨੇ ਵਧੀਆ ਚੰਗਾ ਝਾੜ ਹੋਣ ਦੀ ਆਸ ਹੈ ਤਾਂ ਤੁਸੀਂ ਅਗਲੇ ਸਾਲ ਵਾਸਤੇ ਬੀਜ ਜੱਕ ਤਾਂ ਜ਼ਰੂਰ ਰੱਖੋ ਇਹ ਮੈਂ ਤੁਹਾਨੂੰ ਪਰਜੋਰ ਸਿਫਾਰਿਸ਼ ਕਰੂੰਗਾ ਕਿਉਂਕਿ ਫਿਰ ਅਗਲੇ ਸਾਲ ਆਪਾਂ ਕਈ ਵਾਰ ਆਪਦਾ ਬੀਜ ਨਹੀਂ ਰੱਖਦੇ ਅਗਲੇ ਸਾਲ ਆਪਾਂ ਬੀਜ ਜਿਹੜਾ ਹੈਗਾ ਇਹਦਰ-ਉਦਰੋਂ ਦੇਖਣ ਦੀ ਕੋਸ਼ਿਸ਼ ਕਰਦੇ ਆਂ ਖਰੀਦਣ ਦੀ ਕੋਸ਼ਿਸ਼ ਕਰਦੇ ਆਂ ਕਈ ਵਾਰ ਆਪਾਂ ਨੂੰ ਚੰਗਾ ਬੀਜ ਨਹੀਂ ਮਿਲਦਾ ਜਾਂ ਬਿਮਾਰੀ ਵਾਲਾ ਉੱਲੀ ਵਾਲਾ ਬੀਜ ਮਿਲ ਜਾਂਦਾ ਦੇਖਣ 'ਚ ਨਹੀਂ ਪਤਾ ਲੱਗਦਾ ਹੁੰਦਾ ਪਰ ਇਨਫੈਕਸ਼ਨ ਹੁੰਦੀ ਹੈ ਕਈ ਵਾਰ ਆਪਾਂ ਨੂੰ ਜਿਹੜਾ ਹੈਗਾ ਉੱਲੀ ਰੋਗ ਵਾਲਾ ਬੀਜ ਵੀ ਮਿਲ ਸਕਦਾ ਚੰਗਾ ਬ ਜਿਹੜਾ ਖਾਸ ਤੌਰ ਤੇ ਕਰਨਾਲ ਬੰਡ ਤੋਂ ਜਿਹੜਾ ਰਹਿਤ ਵਿੱਚ ਜਿਹਦੇ ਵਿੱਚ ਗੋਭ ਸਮੇਂ ਆਪਾਂ ਸਵਾਰ ਸੰਸਾਰ ਉਲੀਨਾਸ਼ਕ ਜਾਂ ਉਦੋਂ ਬਾਅਦ ਜ਼ਰੂਰਤ ਅਨਸਾਰ ਦੁੱਧੇ ਸਮੇਂ ਉਲੀਨਾਸ਼ਕ ਕਿਸਾਨ ਵੀਰਾਂ ਨੇ ਕੀਤੇ ਸੀਗੇ ਤੇ ਸਾਫ਼ ਜਿਹੜੀ ਜਿਹੜਾ ਥੋੜਾ ਸਾਫ਼ ਪਲਾਟ ਹੈ ਤੁਸੀਂ ਦੋ ਕਨਾਲਾਂ ਚਾਰ ਕਨਾਲਾਂ ਆਪਦੀ ਜ਼ਮੀਨ ਦੇ ਏਕੜ ਦਾ ਜਿਹੜਾ ਹੈਗਾ ਰਕਬੇ ਦੇ ਹਿਸਾਬ ਨਾਲ ਜਿੰਨਾ ਬੀਜ ਰੱਖਣਾ ਹੈ ਤਾਂ ਉਹ ਤੁਸੀਂ ਸਾਫ਼ ਪਲਾਟ ਚੁਣ ਕੇ ਬਿਨਾਂ ਬਿਮਾਰੀ ਵਾਲਾ ਰੋਗ ਰਹਿਤ ਬੀਜ ਰੱਖਣ ਵਾਸਤੇ ਸਾਫ਼ ਫਸਲ ਚੁਣਨੀ ਆ ਜੇ ਉਹਦੇ ਵਿੱਚ ਕੋਈ ਨਦੀਨਾ ਦੇ ਬੂਟੇ ਆ ਕੋਈ ਗੁੱਲੀ ਡੰਡੇ ਦਾ ਕੋਈ ਲੀਲੀ ਦਾ ਕੋਈ ਹੋਰ ਬੂਟੇ ਆ ਕਿਸੇ ਵੀ ਕਿਸਮ ਦਾ ਨਦੀਨਾ ਦੇ ਬੂਟੇ ਆ ਆਫ ਟਾਈਪ ਪਲਾਂਟ ਆ ਹੋਰ ਕਿਸਮਾਂ ਦੇ ਬੂਟੇ ਉਹ ਤੁਸੀਂ ਖੇਤ ਚੋਂ ਕੱਢ ਦਿਓ ਉਹ ਬੀਜ ਤੁਸੀਂ ਜਿਹੜਾ ਹੈਗਾ ਉਹ ਕਣਕ ਵੱਖਰੀ ਵੱਢ ਕੇ ਤੇ ਉਹਨੂੰ ਤੁਸੀਂ ਥਰੇਸ਼ਰ ਨਾਲ ਕੱਢ ਸਕਦੇ ਆ ਚੰਗਾ ਬੀਜ ਲੈਣ ਵਾਸਤੇ ਕੋਸ਼ਿਸ਼ ਇਹ ਕਰਨੀ ਆ ਕਿ ਇਹ ਬੀਜ ਜਿਹੜਾ ਹੋਰ ਕਿਸੇ ਨਾਲ ਮਿਕਸ ਨਾ ਹੋਵੇ ਕਈ ਵਾਰ ਆਪਾਂ ਉਸੇ ਕਮੈਨਾ ਵੱਡ ਦੇ ਵੱਡ ਦੇ ਹੋਰ ਵੈਰਾਈਟੀ ਵੱਡੀ ਫਿਰ ਅਗਲਾ ਆਪਾਂ ਬੀਜ ਵਾਲੇ ਵੀ ਉਸੇ ਨਾਲ ਵੱਢ ਲੈਣ ਉਹਦੇ ਨਾਲ ਬੀਜ ਮਿਕਸ ਹੋ ਸਕਦਾ ਇਸ ਗੱਲ ਦਾ ਧਿਆਨ ਰੱਖਣਾ ਤੇ ਖਾਸ ਗੱਲ ਇਹ ਆ ਕਿ ਬੀਜ ਆਪਾਂ ਜੇ ਕੋਲੇ ਘਰ ਦਾ ਰੱਖਾਂਗੇ ਤਾਂ ਅਗਲੀ ਵਾਰ ਆਪਾਂ ਨੂੰ ਜਿਹੜਾ ਹੈਗਾ ਬੀਜ ਪੂਰਾ ਯਕੀਨ ਹੁੰਦਾ ਚੰਗਾ ਬੀਜ ਹੈ ਉਹਨੂੰ ਫਿਰ ਆਪਾਂ ਜਿਹੜਾ ਹੈਗਾ ਥੋੜਾ ਬਹੁਤਾ ਛਾਵੇਂ ਰੱਖ ਕੇ ਹਵਾ ਲਵਾ ਕੇ ਫਿਰ ਉਹਨੂੰ ਆਪਾਂ ਸਟੋਰ ਕਰਨਾ ਹੁੰਦਾ ਸੋ ਬੀਜ ਆਪਣਾ ਆਪਾਂ ਜ਼ਰੂਰ ਰੱਖੀਏ ਇਹ ਜ਼ਰੂਰੀ ਨੁਕਤਾ ਹੈ ਤੇ ਅ ਖਾਸ ਗੱਲ ਇਹ ਧਿਆਨ ਦੇ ਵਿੱਚ ਰੱਖਣੀ ਹੈ ਕਿ ਉਹਦੇ ਵਿੱਚ ਨਦੀਨਾ ਦਾ ਬੀਜ ਕਿਸੇ ਵੀ ਇੱਕ ਦੋ ਬੂਟੇ ਵੀ ਜੇ ਗੁੱਲੀ ਡੰਡੇ ਵਾਲੇ ਆ ਜਾਣ ਤਾਂ ਉਹਦੇ ਨਾਲ ਬੀ ਕਾਫੀ ਜ਼ਿਆਦਾ ਮਿਕਸ ਹੋ ਜਾਂਦਾ ਹੈ ਤਾਂ ਉਹ ਬੀਜ ਅਗਲੀ ਵਾਰ ਆਪਣੇ ਖੇਤ ਦੇ ਵਿੱਚ ਮਲਟੀਪਲਾਈ ਹੋ ਸਕਦਾ ਸੋ ਆਫ ਟਾਈਪ ਪlant ਆ ਉਹ ਜਿਹੜੇ ਖੇਤ ਦੇ ਵਿੱਚ ਜਰੂਰ ਕੱਢ ਦੇਣੇ ਆ ਆਪਦਾ ਘਰ ਦਾ ਬੀਜ ਜਰੂਰ ਰੱਖੋ ਤੇ ਜਿੱਥੇ ਲੇਟ ਕਣਕ ਆ ਉੱਥੇ ਤੁਸੀਂ ਜ਼ਮੀਨ ਦੇ ਹਿਸਾਬ ਨਾਲ ਜੇ ਦਰਮਿਆਨੀ ਜ਼ਮੀਨ ਹੈ ਜਾਂ ਹਲਕੀ ਜ਼ਮੀਨ ਹੈ ਉੱਥੇ ਤੁਸੀਂ ਪਾਣੀ ਜਰੂਰ ਲਾ ਸਕਦੇ ਆ ਜਿਹੜੇ ਸਮੇਂ ਸਿਰ ਬੀਜੀ ਕਣਕ ਆ ਉਹਨੂੰ ਤੁਸੀਂ ਲਾਸਟ ਪਾਣੀ ਮੇਰੇ ਖਿਆਲ ਲਾਤਾ ਹੋ ਹੁਣ ਜਿਹੜੀ ਜ਼ਰੂਰਤ ਨਹੀਂ ਹੈਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ ਬਹੁਤ ਬਹੁਤ ਸ਼ੁਕਰੀਆ ਜੀ